ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਰਬਜੀਤ ਚੀਮਾ, ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬ, ਸ਼ਾਨ ਪੰਜਾਬ ਦੀ। ਦਿੱਲੀ ਤੋਂ ਭਾਜਪਾ ਦੇ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਵੱਡੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਪੱਤਰ ਦਿੱਤਾ ਗਿਆ। ਦਰਅਸਲ ਕੁਝ ਸਮੇਂ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਜਾਣਾ, ਜਿਸ ਕਰਕੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਉੱਥੇ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਕਿਸੇ ਵੀ ਸਿੱਖ ਸੰਸਥਾ ਦਾ ਪ੍ਰਧਾਨ ਨਹੀਂ ਬਣ ਸਕਦਾ, ਕਿਉਂਕਿ ਉਹ ਦਾੜੀ ਰੰਗਦਾ ਹੈ ਅਤੇ ਨਾਲ ਹੀ ਉਹਨਾਂ ਦੇ ਬੱਚੇ ਉਹਨਾਂ ਵਰਗੇ ਹੀ ਨੇ। ਇਸ ਲਈ ਉਹਨਾਂ ਨੂੰ ਅਜਿਹਾ ਬੰਦਾ ਨਹੀਂ ਚਾਹੀਦਾ, ਸਗੋਂ ਸਿੱਖ ਕੌਮ ਦਾ ਭਲਾ ਕਰਨ ਵਾਲਾ ਇਨਸਾਨ ਚਾਹੀਦਾ। ਅੱਜ ਅਸੀਂ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਜੀ, ਦਿੱਲੀ ਕਮੇਟੀ ਵੱਲੋਂ। ਉਹ ਬਣਾ ਰਹੇ ਆ ਸਿੱਖਾਂ ਸਾਹਿਬ ਨੂੰ ਪ੍ਰਧਾਨ, ਉਹ ਦਾੜੀ ਰੰਗ ਦੇ, ਉਹਨਾਂ ਦੇ ਬੱਚੇ ਵੀ ਉੱਦਾਂ ਦੇ ਆ, ਫਿਰ ਉਹ ਕਹਿੰਦਾ ਵਾ ਆਪਣਾ ਪੋਲੀਟੀਕਲ ਜਵਾਨ ਆ, ਉਹ ਨਹੀਂ ਚਾਹੀਦੇ। ਕੋਈ ਸਾਫ਼ ਸੁਥਰਾ ਚਾਹੀਦਾ ਵਾ ਇਨਸਾਨ ਜਿਹੜਾ ਸਿੱਖ ਕੌਮ ਦਾ ਭਲਾ ਕਰੇ, ਉਹ ਵਧੀਆ ਬੰਦਾ ਚਾਹੀਦਾ ਜੀ ਸਾਨੂੰ। ਇਸ ਮੌਕੇ ਤੇ ਉਹਨਾਂ ਨੇ ਜਥੇਦਾਰ ਸਾਹਿਬ ਦੇ ਦਫ਼ਤਰ ਵਿੱਚ ਇੱਕ ਮੰਗ ਪੱਤਰ ਦਿੱਤਾ ਅਤੇ ਇਸ ਮੌਕੇ ਜਥੇਦਾਰ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਮੁਲਾਜ਼ਮਾਂ ਨੇ ਹੀ ਇਹ ਮੰਗ ਪੱਤਰ ਲਿੱਤਾ ਅਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਮੰਗ ਪੱਤਰ ਉਹਨਾਂ ਨੂੰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਆਇਆ, ਜਿਸ ਨੂੰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦੇਣਗੇ। ਹਾਂਜੀ, ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਜਨਰਲ ਸਕੱਤਰ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ, ਉਹਨਾਂ ਦੇ ਖਿਲਾਫ ਦਾੜੀ ਰੰਗਣ ਦੀ ਸ਼ਿਕਾਇਤ ਸਿੰਘ ਕਰਕੇ ਗਏ ਆ, ਲਿਖਤੀ ਸ਼ਿਕਾਇਤ ਦਿੱਤੀ ਆ। ਸਿੰਘ ਸਾਹਿਬ ਜੀ ਆਉਂਦੇ ਨੇ, ਉਹਨਾਂ ਧਿਆਨ ਚ ਲਿਆ ਕੇ ਜੋ ਕਾਰਵਾਈ ਕਰਨਗੇ ਉਹਨਾਂ ਤੱਕ ਪਹੁੰਚਾ ਦਿੱਤੀ ਜਾਊ। ਸਰ, ਇਹਨਾਂ ਦੀ ਇਹ ਵੀ ਸ਼ਿਕਾਇਤ ਆ ਵੀ ਉਹ ਦਾੜੀ ਰੰਗਦੇ ਨੇ, ਜਿਹੜਾ ਬੰਦਾ ਜਿਹੜਾ ਦਾੜੀ ਰੰਗਦਾ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਹੀਂ ਬਣ ਜਾਂਦੇ। ਬਿਲਕੁਲ ਤਾਂ ਠੀਕ ਗੱਲ ਆ, ਪਰ ਇਹ ਫੈਸਲਾ ਸਿੰਘ ਸਾਹਿਬ ਜੀ ਲੈਣਗੇ ਨਾ, ਆਪਾਂ ਤੇ ਜੋ ਲਿਖਿਆ ਉਹਨੂੰ ਦੱਸ ਦੇਣਾ, ਸਿੰਘ ਸਾਹਿਬ ਜੀ ਨੂੰ ਸਮਝਾ ਦੇਣਾ ਕਿ ਆ ਸਿੰਘ ਆਏ ਸੀ ਇਸ ਤਰ੍ਹਾਂ ਮੰਗ ਪੱਤਰ ਦੇ ਕੇ ਗਏ ਆ, ਜੋ ਫੈਸਲਾ ਸਿੰਘ ਸਾਹਿਬ ਲੈ ਕੇ ਤੁਹਾਨੂੰ ਦੱਸ ਦਿੱਤਾ ਜਾਊਗਾ। ਹੁਣ ਵੇਖਣਾ ਇਹ ਹੋਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿੱਤੇ ਗਏ ਸ਼ਿਕਾਇਤ ਪੱਤਰ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ। ਅੰਮ੍ਰਿਤਸਰ ਤੋਂ ਪ੍ਰਦੀਪ ਭੰਡਾਰੀ ਦੇ ਨਾਲ ਅਨੁਪਮ ਮਹਿੰਦਰ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।